ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਵਾਰੀ ਅਸੀਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਜਿਹੜੇ ਪੀਪੇ ਵਾਲੇ ਬਿਸਕੁਟ ਹੁੰਦੇ ਹੈਗੇ ਉਹ ਅਸੀਂ ਘਰੇ ਬਣਾਏ ਸੀਗੇ, ਤੇ ਕਾਫੀ ਉਦੋਂ ਰਿਕੁਐਸਟ ਆਈ ਸੀਗੀ ਕਿ ਉਹ ਬਣਾ ਕੇ ਦਿਖਾਇਓ ਬਣਾ ਕੇ ਦਿਖਾਇਓ। ਫਿਰ ਬਣਾ ਨਹੀਂ ਸੀ ਹੋਏ, ਮਤਲਬ ਟਾਈਮ ਜਿਹਾ ਵੀ ਨਹੀਂ ਸੀ ਲੱਗਿਆ ਹੈਗਾ, ਤੇ ਕੋਈ ਖਾਣ ਵਾਲਾ ਵੀ ਨਹੀਂ ਸੀਗਾ ਪੀਪੇ ਵਾਲੇ ਬਿਸਕੁਟ ਵੀ, ਜ਼ਿਆਦਾ ਜਾਣੇ ਖਾਣ ਵਾਲੇ ਨਹੀਂ ਸੀਗੇ। ਤੇ ਹੁਣ ਅਸੀਂ ਅੱਜ ਸੋਚਿਆ ਕਿ ਅੱਜ ਆਪਾਂ ਬਣਾਉਂਦੇ ਹਾਂ, ਕਿਉਂਕਿ ਸਰਦੀਆਂ ਦੇ ਵਿੱਚ ਥੋੜ੍ਹਾ ਔਖਾ ਹੋ ਜਾਂਦਾ ਉਹਨਾਂ ਨੂੰ ਬਣਾਉਣਾ, ਕਿਉਂਕਿ ਘਿਓ ਜੰਮ ਜਾਂਦਾ। ਤੇ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਭੱਠ ਹੁੰਦੇ ਹੈਗੇ ਜਿਨ੍ਹਾਂ 'ਚ ਉਹ ਮਤਲਬ ਬਣਾਏ ਜਾਂਦੇ ਨੇ ਬਿਸਕੁਟ, ਉਹ ਵੀ ਗਰਮੀਆਂ 'ਚ ਹੀ ਤਪਾਏ ਜਾਂਦੇ ਆ। ਤੇ ਹੁਣ ਗਰਮੀਆਂ ਹੋ ਗਈਆਂ ਤੇ ਮੈਨੂੰ ਲੱਗਦਾ ਵੀ ਇਹੀ ਸਹੀ ਟਾਈਮ ਆ ਤੇ ਅੱਜ ਆਪਾਂ ਬਣਾਉਣੇ ਹੈਗੇ ਪੀਪੇ ਵਾਲੇ ਬਿਸਕੁਟ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਘਰੇ ਕਢਾਏ ਹੋਏ ਬਿਸਕੁਟ। ਬਿਸਕੁਟ ਦੂਜੇ ਵੀ ਬਹੁਤ ਹੁੰਦੇ ਨੇ, ਬਟ ਜੇ ਬਿਸਕੁਟ ਬਣਾ ਰਹਾ ਤੂੰ ਫਿਰ ਇਹਨਾਂ ਦਾ ਵਧੀਆ ਕੇਕ ਤਾਂ ਮੈਂ ਹੀ ਬਣਾ ਸਕਦਾ। ਕੇਕ ਮਾਸਟਰ ਦੇਖੀ ਤੂੰ ਬਣਾਏ ਦਾ ਤਾਂ ਸਵਾਦ ਮੈਂ ਬਣਾ ਦੇਣਾ। ਬਣਾਉਣੇ ਅਸੀਂ ਥੋੜ੍ਹੇ ਜਿਹੇ ਹੀ ਆ, ਕਿਉਂਕਿ ਅਸੀਂ ਜੀ ਜਿਹਾ ਕਰਦਾ ਸੀ ਸਾਡਾ ਖਾਣੇ ਵਾਲਿਆਂ ਨੂੰ, ਹਾਲੇ ਮੈਨੂੰ ਲੱਗਦਾ ਬਣਨੇ ਸ਼ੁਰੂ ਨਹੀਂ ਹੋਏ ਹੈਗੇ, ਕਿਉਂਕਿ ਬਿਸਕੁਟ ਤਾਂ ਉਦਾਂ ਵੀ ਘਰੇ ਕਿੰਨੇ ਹੁਣ ਤਰ੍ਹਾਂ ਦੇ ਪਏ ਹੁੰਦੇ ਆ, ਬਿਸਕੁਟ ਬਹੁਤ ਪ੍ਰਕਾਰ ਦੇ ਪਏ ਨੇ। ਮੈਂ ਕਿਹਾ ਚਲ ਥੋੜਾ ਜਿਹਾ ਬਣਾ ਲਾ, ਕਈਆਂ ਦੀ ਰਿਕੁਐਸਟ ਆਈ ਹੋਈ ਸੀ ਪਹਿਲਾਂ ਜਦੋਂ ਇਹਨੇ ਬਣਾ ਕੇ ਨਹੀਂ ਸੀ ਭੇਜੇ, ਪਰ ਜਿਹੜਾ ਚਾਹ ਦੁੱਧ ਨਾਲ ਇਹਨਾਂ ਦਾ ਸਵਾਦ ਆ ਉਹ ਕਿਸੇ ਹੋਰ ਚੀਜ਼ ਦਾ ਨਹੀਂ ਹੈ। ਹਾਂਜੀ ਇਹ ਗੱਲ ਹੈ, ਜ਼ਿਆਦਾ ਸਵਾਦ ਲੱਗਦਾ ਭਿਉਂ ਕੇ ਜੇ ਵਿੱਚ ਐਬਜ਼ਾਰਬ ਕਰ ਲੈਂਦੇ ਨੇ। ਉਹ ਜਿਹੜੇ ਦੂਜੇ ਬਿਸਕੁਟ ਹੈ ਨਾ ਉਹ ਕੱਚੇ ਖਾਣ ਦੇ ਵਿੱਚ ਬਾਰੇ ਸਵਾਦ ਲੱਗਦੇ, ਇਹ ਭਿਉਂ ਕੇ ਖਾਣ ਚ ਬਾਰੇ ਸਵਾਦ ਲੱਗਦੇ, ਇਹ ਭਿਉਂ ਕੇ ਸਵਾਦ ਲੱਗਦੇ ਨੇ। ਤੇ ਚਲੋ ਜੀ ਅੱਜ ਤਾਂ ਬਣਾਉਂਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਜਿਹੜੇ ਇਹ ਵਾਲੇ ਬਿਸਕੁਟ ਹੁੰਦੇ ਆ ਇਹ ਆਟੇ ਦੇ ਹੁੰਦੇ ਆ, ਕਈ ਲੋਕ ਇਹਦੇ ਵਿੱਚ ਮੈਦਾ ਪਾ ਲੈਂਦੇ ਆ ਥੋੜਾ ਬਹੁਤ, ਪਰ ਫਿਰ ਵੀ ਆਟੇ ਦੇ ਜ਼ਿਆਦਾ ਵਧੀਆ ਰਹਿੰਦੇ ਹੈਗੇ, ਤੇ ਇਹਦਾ ਸਮਾਨ ਥੋੜਾ ਹੀ ਹੁੰਦਾ ਇਸ ਕਰਕੇ ਆਪਾਂ ਨਾਲ ਨਾਲ ਹੀ ਦਿਖਾਵਾਂਗੇ। ਤੇ ਪਹਿਲਾਂ ਆਪਾਂ ਆਟਾ ਪਾ ਕੇ ਛਾਣ ਲੈਂਦੇ ਆ। ਲਗਭਗ ਆਪਾਂ 1 ਕੌਲੀ ਦੇ ਕਰੀਬ ਆਟਾ ਲਿਆ ਸੀਗਾ। ਇਹ ਹੈਗੀ ਹੈ ਜੀ ਚੀਨੀ, ਇਹ ਆਪਾਂ ਗ੍ਰਾਇੰਡ ਕਰ ਲਈ ਸੀਗੀ, ਤੇ ਇਹ ਆਪਾਂ ਥੋੜੀ 1 ਕੌਲੀ ਤੋਂ ਥੋੜੀ ਜਿਹੀ ਘੱਟ ਲਵਾਂਗੇ। ਕਈ ਵਾਰ ਤੁਸੀਂ ਮਿੱਠਾ ਤੇਜ਼ ਖਾਂਦੇ ਹੋ ਲਗਭਗ, ਕਈ ਜਾਣੇ ਇਹਨੂੰ ਬਰਾਬਰ ਦੀ ਮਾਤਰਾ 'ਚ ਵੀ ਲੈ ਲੈਂਦੇ ਆ, ਤੇ ਆਪਾਂ ਥੋੜੀ ਜਿਹੀ ਘੱਟ ਰੱਖਾਂਗੇ, ਕਿਉਂਕਿ ਜਦੋਂ ਆਪਾਂ ਚਾਹ ਦੁੱਧ ਨਾਲ ਇਹਨੂੰ ਖਾਂਦੇ ਆ ਬਿਸਕੁਟਾਂ ਨੂੰ, ਫਿਰ ਇਹਦਾ ਜਿਹੜਾ ਮਿੱਠਾ ਬਿਲਕੁਲ ਬੈਲੈਂਸ ਹੋ ਜਾਂਦਾ। ਇਹਨੂੰ ਆਪਾਂ ਛਾਣ ਲੈਂਦੇ ਹੈਗੇ, ਕਿਉਂਕਿ ਕਈ ਵਾਰ ਇਹਦੇ 'ਚ ਗੱਠਾਂ ਜਿਹੀਆਂ ਬਣੀਆਂ ਹੁੰਦੀਆਂ ਹੈਗੀਆਂ, ਫਿਰ ਔਖਾ ਹੋ ਜਾਂਦਾ। ਆਹ ਦੇਖੋ ਜਿਵੇਂ ਇਹਦੇ 'ਚ ਗੱਠਾਂ ਜਿਹੀਆਂ ਬਣੀਆਂ ਰਹਿ ਗਈਆਂ ਸੀਗੀਆਂ, ਕਈ ਵਾਰ ਜਦੋਂ ਆਪਾਂ ਆਟਾ ਗੁੰਨਦੇ ਹਾਂ ਇੱਕੋ ਜਗ੍ਹਾ ਪਈਆਂ ਰਹਿ ਜਾਂਦੀਆਂ ਹੈਗੀਆਂ, ਆਪਣਾ ਹੱਥ ਹੀ ਨਹੀਂ ਲੱਗਦਾ ਇਹਨਾਂ 'ਤੇ। ਅਤੇ ਇਹ ਹੈਗਾ ਜੀ ਬੇਕਿੰਗ ਸੋਡਾ, ਇਹਦੀ ਵੈਸੇ ਬਹੁਤੀ ਜ਼ਰੂਰਤ ਨਹੀਂ ਹੁੰਦੀ, ਪਰ ਜਿਹੜੀਆਂ ਵੀ ਆਪਾਂ ਬੇਕਿੰਗ ਵਾਲੀਆਂ ਚੀਜ਼ਾਂ ਹੁੰਦੀਆਂ ਉਹਦੇ 'ਚ ਇਹਨੂੰ ਆਪਾਂ ਥੋੜ੍ਹਾ ਕੁ ਪਾ ਲੈਂਦੇ ਹੈਗੇ। ਅੱਧੇ ਤੋਂ ਅੱਧਾ ਕੁ ਚਮਚਾ ਸੀਗਾ ਬਸ, ਜਿਵੇਂ 1 ਪਿੰਚ ਦੇ ਕਰੀਬ ਜੇ ਸੀਗਾ। ਤੇ ਆਹ ਹੈਗਾ ਬੇਕਿੰਗ ਪਾਊਡਰ, ਤੁਸੀਂ ਇਹਦੇ ਨਾਲ ਵੀ ਇਕੱਲੇ ਨਾਲ ਕੰਮ ਚਲਾ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਕੁ ਚਮਚ ਬੇਕਿੰਗ ਪਾਊਡਰ ਦਾ। ਆਹ ਤੁਸੀਂ ਦੇਖ ਰਹੇ ਹੋਗੇ ਇਹ ਹੈਗਾ ਨਾਰੀਅਲ ਦਾ ਬੁਰਾਦਾ, ਨਾਰੀਅਲ ਦਾ ਚੂਰਾ, ਜੋ ਵੀ ਤੁਸੀਂ ਇਹਨੂੰ ਕਹਿੰਦੇ ਆ। ਇਹ ਬਿਲਕੁਲ ਆਪਸ਼ਨਲ ਆ, ਜੇ ਤੁਸੀਂ ਇਹਨੂੰ ਲਾਈਕ ਕਰਦੇ ਆ ਤਾਂ ਤੁਸੀਂ ਐਡ ਕਰ ਲਓ, ਨਹੀਂ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ। ਤੇ ਆਪਾਂ ਥੋੜਾ ਹੀ ਪਾਇਆ ਕਿਉਂਕਿ ਰਾਜਦੀਪ ਇਹਨੂੰ ਬਹੁਤ ਘੱਟ ਲਾਈਕ ਕਰਦਾ। ਆਪਾਂ ਸੁੱਕੀਆਂ ਜਿੰਨਾ ਸਮਾਨ ਸੀ ਆਪਣਾ ਉਹ ਸਾਰਾ ਮਿਕਸ ਕਰ ਲਿਆ, ਤੇ ਇਹਦੂ ਬਾਅਦ ਵਿੱਚ ਆਪਾਂ ਐਡ ਕਰਾਂਗੇ ਦੇਸੀ ਘਿਓ। ਇਹ ਘਿਓ ਲਗਭਗ ਆਟੇ ਦੇ ਅੱਧ ਜਿੰਨਾ ਕਰਨਾ, ਚੌਥਾ ਹਿੱਸਾ ਜੀ ਲਗਭਗ, ਕਿਉਂਕਿ ਉਹ ਕੌਲੀ ਵੱਡੀ ਸੀ। ਓਕੇ ਤੇ ਆਟਾ ਗੁੰਨਣ ਦੇ ਲਈ ਆਪਾਂ ਲਿਆ ਸੀ ਦੁੱਧ, ਜੇਕਰ ਤੁਹਾਡਾ ਘਿਓ ਜ਼ਿਆਦਾ ਦੁੱਧ ਥੋੜ੍ਹਾ ਤੁਸੀਂ ਘੱਟ ਪਾ ਲਿਓ, ਤੁਹਾਡੇ 'ਤੇ ਡਿਪੈਂਡ ਕਰਦਾ, ਕਈ ਘਿਓ ਜ਼ਿਆਦਾ ਲਾਈਕ ਨਹੀਂ ਕਰਦੇ ਉਹ ਦੁੱਧ ਜ਼ਿਆਦਾ ਪਾ ਲਿਓ, ਘਿਓ ਜੇਦੂ ਵੀ ਘਟਾਉਣਾ ਹੋਇਆ ਤਾਂ ਘਟਾ ਸਕਦੇ ਹੋ। ਤੇ ਇੱਕ ਗੱਲ ਹੋਰ, ਪਾਣੀ ਦੇ ਨਾਲ ਇਹ ਆਟਾ ਨਹੀਂ ਗੁੰਨਣਾ ਗਾ, ਬਿਲਕੁਲ ਵੀ ਵਧੀਆ ਨਹੀਂ ਬਣਨਗੇ। ਤੇ ਜੀ ਇਹ ਵੀ ਦੱਸਣਾ ਸੀਗਾ ਕਿ ਜਿਹੜਾ ਦੁੱਧ ਆ ਤੁਸੀਂ ਫਰਿੱਜ 'ਚੋਂ ਕੱਢ ਕੇ ਸਿੱਧਾ ਯੂਜ ਨਹੀਂ ਕਰਨਾ, ਕਿਉਂਕਿ ਉਹ ਠੰਡਾ ਹੁੰਦਾ ਤੇ ਘਿਓ ਜੰਮ ਜੇ ਜਾਊਗਾ, ਵਧੀਆ ਨਹੀਂ ਬਣੂਗਾ। ਤੇ ਤੁਸੀਂ ਆਪਣੇ ਦੁੱਧ ਨੂੰ ਥੋੜ੍ਹਾ ਜਿਹਾ ਕੋਸਾ ਕਰ ਲਿਓ ਪਹਿਲਾਂ, ਜਾਂ ਫਿਰ ਪਹਿਲਾਂ ਬਾਹਰ ਕੱਢ ਕੇ ਰੱਖ ਦਿਓ। ਆਪਾਂ ਗੁੰਨਦੇ ਹਾਂ ਜੀ ਆਟਾ। ਆਪਾਂ ਆਟਾ ਗੁੰਨ ਕੇ ਤਿਆਰ ਕਰ ਲਿਆ ਜੀ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਆਪਾਂ ਥੋੜ੍ਹੇ ਕੁ ਬਣਾਉਣੇ ਆ, ਤਾਂ ਕਰਕੇ ਆਪਾਂ ਆਟਾ ਥੋੜ੍ਹਾ ਹੀ ਗੁੰਨਿਆ ਗਾ। ਆਪਾਂ ਜਿਹੜਾ ਹੈਗਾ ਸੈਂਚਾ ਜਿਹਾ ਲਿਆ ਗਾ, ਇਹਦੇ ਨਾਲ ਬਿਸਕੁਟ ਬਣ ਲਿਆ। ਬਹੁਤ ਕਾਮਨ ਆ, ਹੁਣ ਘੱਟ ਦੇਖਣ ਨੂੰ ਮਿਲਦੀ ਘਰਾਂ ਚ, ਅੱਗੇ ਹਰੇਕ ਘਰ ਚ ਹੁੰਦੀ ਸੀ ਮਸ਼ੀਨ ਜੀ। ਟ੍ਰੇ ਗਰੀਸ ਕਰ ਲੈਣੀ ਹੈ ਤੇ ਹੁਣ ਜਿਹੜਾ ਉਹਦੇ ਉੱਤੇ ਲੱਗਿਆ ਕਿ ਉਹਦੇ ਨਾਲ ਵਿੱਚ ਉਹਦੇ ਮਾੜਾ ਮਾੜਾ ਫੇਰ ਦੇਣਾ, ਕਿਉਂਕਿ ਫਿਰ ਉਹਦੇ ਨਾਲ ਈਜ਼ਲੀ ਜਿਹੜਾ ਆਪਣਾ ਮਟੀਰੀਅਲ ਆ ਉਹ ਬਾਹਰ ਨੂੰ ਨਿਕਲਦਾ ਵਾ। ਇਹਦੇ ਨਾਲ ਅਸੀਂ ਭੁਜੀਆ ਵੀ ਬਣਾਇਆ ਸੀ ਇੱਕ ਵਾਰ, ਮੈਂ ਕਿਹਾ 1-2 ਵਾਰ ਬਹੁਤ ਜ਼ਿਆਦਾ ਸਵਾਦ ਬਣਿਆ ਸੀਗਾ, ਜੇ ਤੁਸੀਂ ਚਾਹੋਗੇ ਤਾਂ ਅਸੀਂ ਉਹ ਵੀ ਬਣਾ ਸਕਦੇ ਹਾਂ। ਕਈ ਤਰ੍ਹਾਂ ਦਾ ਬਣਾਇਆ ਸੀਗਾ, ਇਹਨੂੰ ਬਸ ਸ਼ੇਪ ਦੇ ਕੇ ਇਹਦੇ ਵਿੱਚ ਪਾ ਕੇ
ਜਿਵੇਂ ਬਾਹਰ ਵਰਤਦੇ ਨੇ ਕੋਕਿੰਗ ਗਨ ਜੀ, ਇਹ ਤਾਂ ਸੇਮ ਪ੍ਰੋਸੈਸ ਉਸੇ ਤਰ੍ਹਾਂ ਦਾ ਹੀ ਆ। ਇਹ ਜੋ ਬਸ ਹੁਣ ਸਾਂਚੇ ਚੋਂ ਬਿਸਕੁਟ ਜਿਹੇ ਮੂਹਰੇ ਬਣ ਬਣ ਨਿਕਲ ਜਾਣੀ ਉਹ ਵਾਲੀ ਸ਼ੇਪ, ਪਹਿਲਾਂ ਆਪਾਂ ਕੱਢ ਕੇ ਦੇਖ ਲੈਂਦੇ ਆ ਵੀ ਸਹੀ ਹਾਂ। ਕਈ ਵਾਰ ਨਿਕਲਦੇ ਵੀ ਨਹੀਂ ਹੁੰਦੇ ਹੈਗੇ, ਸੋ ਪਹਿਲਾਂ ਆਪਣਾ ਇੱਕ ਅੱਧਾ ਚੈੱਕ ਕਰ ਲਓ। ਨਿਕਲ ਰਹੇ ਆ ਜੀ, ਨਿਕਲ ਰਹੇ ਆ ਹਾਂਜੀ, ਐਂ ਨਿਕਲਣਗੇ ਹਾਂਜੀ। ਆਹ ਦੇ ਬਸ ਆ ਨਿਕਲ ਆਇਆ, ਆਹ ਦੇਖੋ ਜੀ ਐਂ ਹੀ ਨਿਕਲ ਆਇਆ। ਤੇ ਇਹਨੂੰ ਹੱਥ ਦੇ ਕਰ ਤੇ ਫਿਰ ਸੌਖਾ ਜਾ, ਇਹ ਹੱਥ ਦੀ ਸਹੀ ਨਿਕਲੂਗਾ ਜੀ ਕਿਉਂਕਿ ਤੋੜਨਾ ਹੁੰਦਾ ਹੈਗਾ। ਸੋ ਬਸ ਇਹਨੂੰ ਪਿੱਛੋਂ ਪ੍ਰੈਸ ਕਰਨਾ ਜਿੰਨਾ ਹੈਗਾ, ਜਿੰਨਾ ਤੁਹਾਨੂੰ ਸਾਈਜ਼ ਠੀਕ ਲੱਗਦਾ ਉਹਨੂੰ ਤੋੜ ਕੇ ਤੇ ਉਹਦੇ ਸੈੱਟ ਕਰ ਦੇਣਾ। ਉਹ ਤੇ ਡਿਜ਼ਾਈਨ ਜੇ ਬਣੇ ਹੋਏ ਨੇ, ਪਰ ਇਹ ਵੇਖ ਹੁਣ ਤੋਂ ਬਾਅਦ ਕਈ ਵਾਰ ਘਟ ਜਾਂਦਾ ਡਿਜ਼ਾਈਨ। ਬਟ ਮੈਂ ਹੋਵਾਂ, ਮੈਂ ਤਾਂ ਲੰਬੇ ਲੰਬੇ ਬਿਸਕੁਟ ਬਣਾ ਲਾ ਸਾਰੇ ਲੰਬੇ ਲੰਬੇ, ਬਸ ਇੱਕ ਛੇਤੀ 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 ਨਾਲੇ ਖਾਣ ਨੂੰ ਮਿਲੂਗਾ ਵਧੀਆ। ਇਹਨਾਂ ਨੂੰ ਥੋੜਾ ਦੂਰ ਦੂਰ ਹੀ ਰੱਖਿਓ ਕਿਉਂਕਿ ਕਈ ਵਾਰ ਵੇਖ ਹੋ ਕੇ ਸਾਈਡਾਂ ਨੂੰ ਫੈਲ ਜਾਂਦੇ ਹੈਗੇ। ਕਰ ਲਿਆ ਤੇ ਹੁਣ ਇਹਨੂੰ ਬਸ ਵਿੱਚ ਰੱਖ ਦੇਣਾ, ਦੂਜੀ ਟ੍ਰੇ ਤਿਆਰ ਕਰਦੇ ਆ। ਤੇ ਇੱਕ ਗੱਲ ਹੈ, ਜਦੋਂ ਸਰਦੀਆਂ ਚ ਬਣਾਏ ਸੀਗੇ ਉਦੋਂ ਇਹ ਜਿਆਦਾ ਮੈਲਟ ਨਹੀਂ ਹੋਏ ਸੀ, ਉਹਨਾਂ ਉਹਨਾਂ ਕੇ ਇਹਨਾਂ ਦਾ ਸਾਈਜ਼ ਪਿਆ ਰਿਹਾ ਸੀ। ਜਦੋਂ ਗਰਮੀਆਂ ਚ ਬਣਾਏ ਸੀ ਉਦੋਂ ਸਾਈਡਾਂ ਨੂੰ ਕਾਫੀ ਮੈਲਟ ਜੇ ਹੋ ਗਏ ਸੀ, ਹੁਣ ਦੇਖਦੇ ਆ ਵੀ ਹੁਣ ਕੀ ਬਣਦਾ। ਹੁਣ ਇੰਨੀ ਗਰਮੀ ਵੀ ਨਹੀਂ ਹੈਗੀ, ਇੰਨੀ ਸਰਦੀ ਵੀ ਨਹੀਂ ਹੈਗੀ। ਆਪਾਂ ਰੱਖਤਾ ਜੀ ਓਵਨ ਚ, ਤੇ ਆਪਾਂ ਪ੍ਰੀ ਹੀਟ ਕਰ ਲਿਆ ਸੀ ਪਹਿਲਾਂ 20 ਮਿੰਟਾਂ ਦੇ ਲਈ, ਤੇ ਰੋਡ ਆਪਣੀਆਂ ਜਿਹੜੀਆਂ ਦੋਨੋਂ ਚੱਲਦੀਆਂ ਨੇ। ਆਪਾਂ ਦੇਖ ਕੇ ਇਹਨਾਂ ਨੂੰ ਰੋਡ ਬੰਦ ਕਰ ਦਾਂਗੇ ਉੱਪਰ ਵਾਲੀ, ਜਾਂ ਫਿਰ ਸਾਈਡਾਂ ਇਹਦੀਆਂ ਚੇਂਜ ਕਰ ਦਾਂਗੇ ਉੱਪਰ ਨੀਚੇ ਕਰ ਦਾਂਗੇ ਟ੍ਰੇ ਨੂੰ। ਨਾਲ ਦੀ ਨਾਲ ਜੀ ਦੂਜੀ ਟ੍ਰੇ ਸ਼ੁਰੂ ਕਰ ਲਈ, ਤੇ ਇੱਕ ਦਾ ਇਹ ਤੋਂ ਬਾਅਦ ਹੋਰ ਪਿਆ ਵਾ, ਸੋ ਕਾਲਮ ਵਾਲਾ ਕੀ ਲਾ ਲਓ ਤੁਸੀਂ 8 8 16 ਤੇ 8 24 ਬਿਸਕੁਟ ਬਣ ਜਾਣਗੇ ਮੈਨੂੰ ਲੱਗਦਾ। ਸੋ ਆ ਇੱਕ ਵੱਡਾ ਬਿਸਕੁਟ ਬਣਾਉਣ ਦੀ ਕੋਸ਼ਿਸ਼ ਆ, ਦੇਖਦੇ ਆ ਬਣਦਾ ਕਿ ਨਹੀਂ। ਇੱਕ ਛੋਟਾ ਇੱਕ ਵੱਡਾ ਵੀ ਠੀਕ ਰਹੂਗਾ ਵਾਲਾ ਘੈਂਟ। ਸੋ ਇਹ ਵੀ ਰੱਖੀ ਜਾਣੀ ਆ ਵਿੱਚ, ਤੇ ਇਹਨਾਂ ਵੀ ਉੱਥੇ ਉੱਥੇ ਤੋਂ ਦੇਖ ਕੇ ਕਰ ਲੈਣਗੇ ਜੈਸਾ ਉਹਨਾਂ ਨੂੰ ਲੱਗਿਆ। ਤੇ ਹੁਣ ਆਪਾਂ ਜਦੋਂ ਹੀ ਬਣ ਗਿਆ ਆਪਾਂ ਉਦੋਂ ਤੁਹਾਨੂੰ ਮਿਲਦੇ ਹਾਂ। ਸੋ ਆਪਣੀ ਆ ਪਹਿਲੀ ਟ੍ਰੇ ਜੀ, ਅਤੇ ਆ ਦੂਜੀ ਟ੍ਰੇ। ਲੰਬਾ ਬਿਸਕੁਟ ਆਪਣਾ ਸਰਵਾਈਵ ਕਰ ਗਿਆ, ਅਤੇ ਹਲੇ ਥੋੜ੍ਹੇ ਗਰਮ ਨੇ, ਆਪਾਂ ਇਹਨਾਂ ਨੂੰ ਸਵੇਰੇ ਚਾਹ ਨਾਲ ਖਾਵਾਂਗੇ। ਅਤੇ ਲਾਸਟ ਵਾਲੇ ਉਹ ਰੱਖੇ ਹੋਏ ਨੇ, ਉਹ ਕਿੰਨੇ ਬਣ ਗਏ, 4 ਤੇ 4 8 ਤੇ 2 10, ਕਿੰਨਾ ਟਾਈਮ ਲੱਗਿਆ ਮੈਂ ਕਿਹਨਾਂ ਨੂੰ ਹਾਂਜੀ। ਇਹ ਪਹਿਲਾਂ ਪ੍ਰੀ ਹੀਟ ਸੀਗੇ, ਜ਼ਿਆਦਾ ਟਾਈਮ ਨਹੀਂ ਲੱਗਿਆ ਸੀ, 15 ਮਿੰਟ। ਆਹ ਥੋੜ੍ਹੇ ਜ਼ਿਆਦਾ ਕਾਲੇ ਲੱਗਦੇ ਕਿ ਟ੍ਰੇਸ ਪਏ ਕਰਕੇ ਲੱਗਦੇ ਆ? ਨਹੀਂ, ਇਹ ਥੋੜ੍ਹੇ ਜ਼ਿਆਦਾ ਟੁੱਕ ਕੀਤੇ ਆ, ਘੱਟ ਰੱਖਿਆ, ਇਹ ਥੋੜ੍ਹੇ ਘੱਟ ਆ ਨਾ। ਇਹ ਮੈਨੂੰ ਐਵੇਂ ਦੇ ਵਧੀਆ ਲੱਗਦੇ ਆ, ਇਹਨਾਂ 'ਚ ਥੋੜ੍ਹਾ ਉਵੇਂ ਦਾ ਟੇਸਟ ਆਉਂਦਾ ਹੁੰਦਾ, ਜਲਿਆ ਜ਼ਿਆਦਾ। ਬਸ ਉਹਨਾਂ ਦੀ ਲਾਸਟ ਟਾਈਮ ਦੀ ਵੇਟ ਕਰਦੇ ਹਾਂ। ਉਹ ਤੋਂ ਬਾਅਦ ਆ ਰਹੀ ਪੇਠੇ ਦੀ ਸਬਜ਼ੀ, ਆ ਰਹੀ ਦਾਲ ਪਲੱਸ ਕੱਦੂ, ਕੱਦੂ ਵਾਲੀ ਦਾਲ ਕੀ ਹੁੰਦੀ ਆ ਵੀ, ਕਿਹੜੀ ਛੋਲਿਆਂ ਦੇ ਵਿੱਚ ਕੱਦੂ ਪਾਇਆ ਹੋਇਆ, ਰਾਤ ਦਾ ਦੁੱਧ ਤਿਆਰੀ ਹੋ ਰਹੀ ਆ। ਬਸ ਹੁਣ ਉਹ ਭਾਂਡੇ ਪੈਂਦੇ, ਰੋਟੀ ਪਾਣੀ ਖਾਂਦੇ ਆ, ਆ ਬਿਸਕੁਟ ਬਸ ਰੈਡੀ ਹੋ ਜਾਣਗੇ। ਆਪਣੀ ਜਿਹੜੀ ਜੀ ਲਾਸਟ ਵਾਲੀ ਟ੍ਰੇ ਸੀਗੀ ਉਹ ਵੀ ਜੀ ਪੱਕ ਚੱਲੀ ਆ, ਬਸ ਹੁਣ ਆਪਾਂ ਉਹਨੂੰ ਕੱਢਦੇ ਆ। ਤੇ ਉਹ ਜਿਹੜਾ ਤੁਸੀਂ ਨੀਚੇ ਦੇਖ ਰਹੇ ਹੋ, ਇੱਕ ਬਿਸਕੁਟ ਦਾ ਆਟਾ ਬਚਿਆ ਸੀਗਾ, ਤੇ ਫਿਰ ਆਪਾਂ ਸੋਚਿਆ ਇਹਨੂੰ ਸਿੱਟਣਾ ਕਾਹਨੂੰ ਆ, ਉਹ ਵੀ ਰੱਖਤਾ। ਬਾਕੀ ਇਹ ਲਗਭਗ ਠੰਡੇ ਹੋ ਗਏ, ਆਪਾਂ ਇਹਨਾਂ ਨੂੰ ਰੱਖ ਰਹੇ ਆ ਇਹ ਟਾਈਟ ਡੱਬੇ ਚ ਪਾ ਕੇ। ਬਿਸਕੁਟ ਦਾ ਸੇਮ ਜਿਵੇਂ ਆਪਾਂ ਪਿੰਡਾਂ 'ਚ ਨਹੀਂ ਬਣਾਉਂਦੇ, ਹਾਂਜੀ ਉਹੋ ਜਿਹੇ ਨੇ, ਅਰੇ ਥੋੜ੍ਹੇ ਜਿਹੇ ਕੈੜੇ ਰਹਿ ਗਏ। ਹਾਂਜੀ, ਜਿਹੜੀ ਘਿਓ ਘੱਟ ਰੱਖਿਆ ਸੀਗਾ ਜੀ। ਹਾਂ, ਘਿਓ ਨਾਲੇ ਪੋਲੇ ਬਣਦੇ, ਹਾਂਜੀ। ਅਸੀਂ ਵੀ ਜਦ ਜਾਂਦੇ ਹਾਂ, ਜਿਹੜਾ ਬੰਦਾ ਵੱਧ ਘਿਓ ਪਵਾਉਂਦਾ ਵਧੀਆ ਪਿਓਰ, ਉਹਦੇ ਪੋਲੇ ਹੁੰਦੇ ਨੇ, ਜਿਹੜਾ ਘੱਟ ਪਵਾਉਂਦਾ ਉਹਦੇ ਕੈੜੇ ਹੁੰਦੇ। ਉਹ ਆਟਾ ਵੀ ਬਹੁਤਾ ਪਤਲਾ ਲੱਗਦੇ ਨੇ ਮੈਨੂੰ। ਹਾਂਜੀ ਮੰਮੀ, ਉਹ ਮਸ਼ੀਨ ਦਾ ਵੀ ਫਰਕ ਹੁੰਦਾ ਜੀ, ਹੁੰਦੀ ਹੈ ਨਾ, ਦੁਕਾਨ ਤੇ ਫਟਾਫਟ ਫੇਰੀ ਜਾਣੀ ਹੈ। ਹੁਣ ਆਪਣਾ ਛੋਟੀ ਜੀ ਤੇ ਚੀਜ਼ ਹੈ ਨਹੀਂ, ਪਰ ਜੀ ਉਹਦੇ ਹਿਸਾਬ ਨਾਲ ਬਹੁਤ ਵਧੀਆ ਬਣੇ ਹੋਏ ਨੇ, ਪੂਰੇ ਐਨ ਟੇਸਟੀ, ਮਿੱਠਾ ਮੋਟਾ ਪੂਰਾ ਪਰਫੈਕਟ ਆ, ਬਹੁਤ ਵਧੀਆ ਨੇ ਜੀ। ਸੌਖੇ ਵੀ ਨੇ ਬਣਾਉਣੇ, ਮੈਂ ਅਗਲੇ ਤਾਂ ਬਹੁਤ ਵਾਰੀ ਬਣਾ ਲਏ ਜਿੱਦਣ ਦੀ ਆਈ ਹੈ ਸਾਡੇ ਕੋਲ, ਤੇ ਬਿਲਕੁਲ ਸੌਖੀ ਜੀ ਰੈਸਪੀ ਹੈ। ਵਾਸੇ ਕਹਾ ਮਸ਼ੀਨ ਦੀ ਛੋਟੀ ਜੀ ਦੀ ਲੋੜ ਆ, ਖਾਣ ਨੂੰ ਵੀ ਬਹੁਤ ਸਵਾਦ ਨੇ। ਇੱਕ ਇਹੀ ਬਿਸਕੁਟ ਨੇ ਜਿਹੜੇ ਚਾਹ ਚ ਭਿਓ ਕੇ ਖਾਧੇ ਜਾਂਦੇ ਨੇ, ਜਿਹੜੇ ਆਮ ਪੈਕਟਾਂ ਚ ਨੇ, ਜਾਂ ਦੂਸਰੇ ਨੇ ਉਹ ਭਿਓ ਕੇ ਨਹੀਂ ਖਾਧੇ ਜਾਂਦੇ, ਆਟਾ ਜਿਹਾ ਬਣ ਜਾਂਦਾ। ਹਾਂ, ਇੱਕ ਦਿਨ ਅਸੀਂ ਕਿਤੇ ਬੈਠੇ ਸੀਗੇ, ਉਹ ਬਿਸਕੁਟ ਆ ਗਏ, ਇੱਕ ਬੰਦੇ ਨੇ ਭਿਓ ਕੇ ਖਾਧੇ, ਮੈਨੂੰ ਵੀ ਨਹੀਂ ਪਤਾ ਸੀਗਾ, ਮੈਨੂੰ ਫਿਰ ਉੱਥੋਂ ਪਤਾ ਲੱਗਿਆ ਵੀ ਇੱਕ ਘਰ ਵਾਲੇ ਬਿਸਕੁਟ ਭਿਓ ਕੇ ਖਾਣ ਵਾਲਾ, ਬਾਕੀ ਹਾਂ ਦੰਦੀ ਵੱਢ ਕੇ ਖਾਣ ਵਾਲੇ। ਉਹਨਾਂ ਦੇ ਵਿੱਚ ਫਿਰ ਮੈਂ ਇਹਨਾਂ ਬੋਲਦੇ ਹੁੰਦੇ ਨੇ ਮਿੱਠਾ ਸੋਡਾ ਵਗੈਰਾ ਬਹੁਤ ਜ਼ਿਆਦਾ ਪਾਇਆ ਹੁੰਦਾ, ਇਸ ਕਰਕੇ ਉਹ ਪੋਲੇ ਵੀ ਬਹੁਤ ਹੁੰਦੇ ਨੇ, ਉਹਦੇ ਫਰਕ ਪੈ ਜਾਂਦਾ। ਉਹ ਤਾਂ ਬਣਾਇਆ ਕਰੋ, ਬਹੁਤ ਵਧੀਆ ਵਧੀਆ ਜੀ ਬਣਾ ਕੇ ਤੁਸੀਂ ਵੀ ਖਾਇਆ, ਸਾਨੂੰ ਤਾਂ ਲੱਗੇ ਬਹੁਤ ਵਧੀਆ, ਕਿਉਂਕਿ ਇਸ ਤਾਂ ਪਹਿਲਾਂ ਵੀ ਮੈਂ ਹੱਥ ਦੇ 5-6 ਵਾਰੀ ਖਾ ਚੁੱਕੇ ਹਾਂ, ਬਿਨਾਂ ਮਸ਼ੀਨ ਤੋਂ ਵੀ ਖਾ ਚੁੱਕੇ ਹਾਂ,
बहुत ज्यादा लेट उठते ने बचे जो ठाल सवेरे सवेरे पता ही रात नूं लेट सौंदे ने फोन ते लगे रहिंदे ने इस करके बच्चे हुण दिने खाणगे रिव्यू तो उन्हां दा आउणा नहीं विच खाण तो उन्हां ने आई जाणा ਸਤਿ ਸ੍ਰੀ ਅਕਾਲ।